ਉੱਤਰੀ ਅਤੇ ਦੱਖਣ ਕੋਰੀਆ ਦੇ ਆਗੂਆਂ ਵੱਲੋਂ ਕਈ ਅਹਿਮ ਸਮਝੌਤਿਆਂ ਦੇ ਸੰਬੰਧ ਵਿੱਚ ਐਲਾਨ ਕਰ ਦਿੱਤਾ ਗਿਆ। ਦੋਵਾਂ ਦੇਸ਼ਾਂ ਦੇ ਆਗੂਆਂ ਦਾ ਕਹਿਣਾ ਕਿ ਹੁਣ ਇਹਨਾਂ ਸਮਝੌਤਿਆਂ ਰਾਹੀਂ ਉਹ ਕੋਰੀਆਈ ਪ੍ਰਾਇਦੀਪ ਉੱਤੇ ਸ਼ਾਂਤੀ ਦੀ ਆਸ ਕਰ ਰਹੇ ਨੇ, ਪਰ ਪਰਮਾਣੂ ਮੁਕਤ ਹੋਣ ਲਈ ਉੱਤਰੀ ਕੋਰੀਆ ਦੀ ਇੱਕ ਸ਼ਰਤ ਹੈ। ਉੱਤਰ ਕੋਰੀਆਈ ਆਗੂ ਕਿਮ ਯੋਂਗ ਉਨ ਦਾ ਕਹਿਣਾ ਕਿ ਉਹ ਸਥਾਈ ਤੌਰ ਤੇ ਪਰਮਾਣੂ ਕੰਪਲੈਕਸ ਨੂੰ ਖਤਮ ਕਰ ਦੇਣਗੇ, ਪਰ ਸ਼ਰਤ ਇਹ ਹੈ ਕਿ ਅਮਰੀਕਾ ਵੀ ਅਜਿਹਾ ਕਰਨ ਲਈ ਰਾਜੀ ਹੋਵੇ। ਆਪਣੀਆਂ ਮੀਟਿੰਗਾਂ ਦੇ ਦੂਜੇ ਦਿਨ ਇਸ ਸਾਲ ਦੇ ਸ਼ੁਰੂ ਵਿੱਚ ਹੋਈ ਦੋ ਸਿਖਰ ਵਾਰਤਾਵਾਂ ਦੀ ਗੱਲ ਕਰਦੇ ਹਾਂ, ਕਿਮ ਅਤੇ ਦੱਖਣ ਕੋਰੀਆ ਰਾਸ਼ਟਰਪਤੀ ਮੂਨ ਜੇ ਇਨ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਤਣਾਅ ਘਟਾਉਣ ਲਈ ਤਾਂਗਵਾਨ ਪ੍ਰੋਗਰਾਮ ਜ਼ਰੂਰ ਲਾਗੂ ਕੀਤਾ ਜਾਵੇਗਾ। ਪਿਛਲੇ ਸਾਲ ਉੱਤਰ ਕੋਰੀਆ ਵੱਲੋਂ ਕਈ ਤਾਕਤਵਰ ਹਥਿਆਰਾਂ ਦੇ ਕੀਤੇ ਗਏ ਪ੍ਰੀਖਣ ਤੋਂ ਬਾਅਦ ਜੰਗ ਛਿੜਨ ਦਾ ਖਦਸ਼ਾ ਖੜਾ ਹੋ ਗਿਆ। ਕਿਮ ਨੇ ਵਾਅਦਾ ਕੀਤਾ ਕਿ ਉਹ ਕੌਮਾਂਤਰੀ ਇੰਸਪੈਕਟਰਸ ਨੂੰ ਆਪਣੀ ਅਹਿਮ ਮਿਜ਼ਾਈਲ ਸਾਈਟਸ ਤੇ ਲਾਂਚ ਪੈਡ ਬੰਦ ਕੀਤੇ ਜਾਣ ਦੀ ਕਾਰਵਾਈ ਦੀ ਨਿਗਰਾਨੀ ਲਈ ਆਪਣੇ ਦੇਸ਼ ਆਉਣ ਦੇਣਗੇ। ਉਹਨਾਂ ਇਹ ਵੀ ਆਖਿਆ ਕਿ ਉਹ ਜਲਦ ਹੀ ਸਿਓਲ ਦਾ ਦੌਰਾ ਕਰਨਗੇ। ਦੋਵਾਂ ਆਗੂਆਂ ਨੇ 2032 ਵਿੱਚ ਆਉਣ ਵਾਲੀਆਂ ਓਲੰਪਿਕਾਂ ਦੀ ਮੇਜ਼ਬਾਨੀ ਰਲ ਕੇ ਕਰਨ ਦਾ ਵੀ ਤਹੱਈਆ ਪ੍ਰਗਟਾਇਆ ਸੀ। Has agreed to permanently dismantle the Dongchenri missile engine test site and launch pads in the presence of international experts. Also, North Korea has agreed to take additional measures such as the permanent dismantling of Pyongyang nuclear facility if there are corresponding measures from the US.